ਕੱਲ ਸਾਡੇ ਮੁੰਡੇ ਦੇ ਬਲਵਿੰਦਰ ਸਿੰਘ ਦੇ ਕਰੰਟ ਲੱਗੇ ਸੀ ਐਚ ਪੀ ਦੇ ਅਤੇ ਉਸਦੀ ਬਾਂਹ ਪੂਰੀ ਤਰ੍ਹਾਂ ਸੜ ਚੁੱਕੀ ਹੈ ਅਤੇ ਉਹ ਹੁਣ ਹਾਲ ਦੀ ਫਿਲਹਾਲ ਦੀ ਘੜੀ ਕੱਟਣੀ ਪਊ ਅਤੇ ਕੋਈ ਫੰਡ ਵਗੈਰਾ ਜਾਂ ਕੁਛ ਹੋਰ ਕੋਈ ਈ ਪੀ ਐਫ ਨਹੀਂ ਕੱਢਦਾ ਜੀ ਕੋਈ ਟੂਲ ਕਿੱਟ ਮੁਹੱਈਆ ਨਹੀਂ ਹੈਗੀ ਇਹ ਬਸ ਸ਼ੋਸ਼ਣ ਕੀਤਾ ਜਾ ਰਿਹਾ ਸਾਡਾ ਸੀ ਐਚ ਪੀ ਡਿਪਾਰਟਮੈਂਟ ਦਾ ਸ਼ੋਸ਼ਣ ਕੀਤਾ ਜਾ ਰਿਹਾ ਬਿਜਲੀ ਬੋਰਡ ਵੱਲੋਂ ਕੀਤਾ ਜਾ ਰਿਹਾ ਮੈਨੇਜਮੈਂਟ ਵੱਲੋਂ ਕੀਤਾ ਜਾ ਰਿਹਾ ਬਹੁਤ ਬੁਰੀ ਤਰ੍ਹਾਂ ਕੀਤਾ ਜਾ ਰਿਹਾ ਦੇਖੋ ਜੀ ਰਾਤ ਜਦੋਂ ਅਸੀਂ ਖੜ੍ਹੇ ਸੀ ਉੱਥੇ ਕਿਸੇ ਨੇ ਕੋਈ ਵੀ ਗੋਲ ਮੋਲ ਗੱਲਾਂ ਕੀਤੀਆਂ ਨੇ ਸਾਰਿਆਂ ਨੇ ਕਿਸੇ ਨੇ ਕਿਹਾ ਵੀ ਉਹ ਭਾਈ ਬਿਨਾਂ ਕਿਸੇ ਅਣਗਹਿਲੀ ਦੇ ਵੀ ਜਦੋਂ ਦੂਰ ਕੀਤਾ ਹੋਇਆ ਸੀ ਐਵੇਂ ਕਿਵੇਂ ਕਰੰਟ ਲੱਗ ਗਿਆ ਜੇ ਉਹ ਉੱਪਰ ਸੀ ਤਾਂ ਕਰੰਟ ਲੱਗਿਆ ਲਾਈਨ ਕਿੱਥੋਂ ਚੱਲੀ ਕਿਵੇਂ ਚੱਲੀ ਇਹ ਸਾਰੀ ਇਨਕੁਆਇਰੀ ਹੋਊਗੀ ਅੱਜ ਜੀ ਅਤੇ ਸਾਡਾ ਰੋਸ ਆ ਜਿਹੜਾ ਪ੍ਰਦਰਸ਼ਨ ਤਿੱਖਾ ਕਰਾਂਗੇ ਘੋਲ ਜੀ ਅਤੇ ਚਾਹੇ ਉਹਦੇ ਵਾਸਤੇ ਸਾਨੂੰ ਕੁਛ ਵੀ ਕਰਨਾ ਪਵੇ ਅੱਜ ਅਸੀਂ ਸਾਰੇ ਵਰਕਰ ਸਾਥੀ ਜੋ ਪਟਿਆਲੇ ਦੇ ਵਿੱਚ ਲਗਾਤਾਰ ਹਾਦਸੇ ਹੋ ਰਹੇ ਨੇ ਇੱਥੋਂ ਦੀ ਸਰਕਾਰ ਅਤੇ ਮੈਨੇਜਮੈਂਟ ਜੋ ਕਿ ਇਹਨਾਂ ਹਾਦਸਿਆਂ ਬਾਰੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸਾਡੇ ਕੰਮ ਹੈ ਦਿਨੋਂ ਦਿਨ ਮੌਤ ਦੇ ਮੂੰਹ 'ਚ ਪੈ ਰਹੇ ਨੇ ਜਿਹੜਾ ਕਰੰਟ ਲੱਗਿਆ 11,000 ਵੋਲਟੇਜ 'ਤੇ ਬਿਨਾਂ ਕੋਈ ਟ੍ਰੇਨਿੰਗ ਤੋਂ ਬਿਨਾਂ ਕੋਈ ਵਰਕ ਆਰਡਰ ਕੀਤੇ ਬਿਨਾਂ ਕੋਈ ਸੈਲਰੀ ਤੋਂ ਅਸੀਂ ਪਹਿਲਾਂ ਲੜ ਵੀ ਰਹੇ ਹਾਂ ਇਸ ਬਾਰੇ ਵੀ ਸਾਨੂੰ ਨਾ ਤਾਂ ਸੈਲਰੀ ਮਿਲਦੀ ਹੈ ਟਾਈਮ ਸਿਰ ਨਾ ਸਾਨੂੰ ਟੂਲ ਕਿੱਟ ਮੁਹੱਈਆ ਕਰਵਾਈ ਹੈ ਸਰਕਾਰ ਨੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਪਟਿਆਲਾ ਦੇ ਸਰਕਲ ਪ੍ਰਧਾਨ ਹਰਮੀਤ ਸਿੰਘ ਸਕੱਤਰ ਮਨਮੋਹਨ ਸਿੰਘ ਸੀਨੀਅਰ ਮੀਤ ਪ੍ਰਧਾਨ ਟੇਕ ਚੰਦ ਨੇ ਦੱਸਿਆ ਕਿ ਬਿਜਲੀ ਦੀ ਲਪੇਟ ਵਿੱਚ ਆਉਣ ਕਾਰਨ ਲਗਾਤਾਰ ਦਿਨ ਰਾਤ ਹਾਦਸੇ ਹੋ ਰਹੇ ਹਨ ਇਹ ਹਾਦਸੇ ਮੈਨੇਜਮੈਂਟ ਸਰਕਾਰ ਅਤੇ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਹੋ ਰਹੇ ਹਨ ਪਾਵਰਕਾਮ ਸੀ ਐਚ ਪੀ ਠੇਕਾ ਕਾਮਿਆਂ ਕੋਲੋਂ ਬਿਨਾਂ ਕਿਸੇ ਟ੍ਰੇਨਿੰਗ ਤੋਂ ਕੰਮ ਲਿਆ ਜਾ ਰਿਹਾ ਹੈ ਅੱਜ ਇਸੇ ਤਰ੍ਹਾਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਸੀ ਐਚ ਪੀ ਦੇ ਕਾਮਾ ਬਲਵਿੰਦਰ ਸਿੰਘ ਪੁੱਤਰ ਬੰਤ ਸਿੰਘ ਪਿੰਡ ਬਾਦਸ਼ਾਹਪੁਰ ਡਿਊਟੀ ਸਮਾਣਾ ਸਬ ਡਿਵੀਜ਼ਨ ਗੱਜੂ ਮਾਜਰਾ ਦੀ ਕਰੰਟ ਲੱਗਣ ਕਾਰਨ ਹਾਲਤ ਕਾਫੀ ਗੰਭੀਰ ਹੋ ਗਈ ਹੈ ਕਰੰਟ ਲੱਗਣ ਕਾਰਨ ਉਸ ਦੀਆਂ ਦੋਵੇਂ ਬਾਹਾਂ ਲੱਤਾਂ ਅਤੇ ਸਿਰ ਦੇ ਉੱਤੇ ਕਾਫੀ ਸੱਟਾਂ ਆਈਆਂ ਹਨ ਜੋ ਕਿ ਗੰਭੀਰ ਰੂਪ ਵਿੱਚ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਵੀ ਪਾਵਰਕਾਮ ਮੈਨੇਜਮੈਂਟ ਦੀ ਅਣਗਹਿਲੀ ਕਾਰਨ ਵਾਪਰਿਆ ਹੈ ਜਦਕਿ ਜਥੇਬੰਦੀਆਂ ਲਗਾਤਾਰ ਸੰਘਰਸ਼ਸ਼ੀਲ ਹਨ ਅਤੇ ਉਹ ਮੰਗ ਕਰ ਰਹੀਆਂ ਹਨ ਕਿ ਮੁਲਾਜ਼ਮਾਂ ਨੂੰ ਬਣਦੀਆਂ ਕਿੱਟਾਂ ਮੁਆਵਜ਼ਾ ਨੌਕਰੀ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਪਰ ਪਾਵਰਕਾਮ ਦੀ ਮੈਨੇਜਮੈਂਟ ਦੇ ਕੰਨ 'ਤੇ ਜਿਉਂ ਵੀ ਨਹੀਂ ਸਰਕ ਰਹੀ ਜਿਸ ਦੇ ਰੋਸ ਵਜੋਂ ਸੀ ਐਚ ਪੀ ਠੇਕਾ ਕਾਮਿਆਂ ਨੇ ਸਰਕਾਰ ਅਤੇ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਕਿਸੇ ਵੀ ਅਧਿਕਾਰੀ ਨੇ ਇਲਾਜ ਸੰਬੰਧੀ ਜਾਂ ਹੋਰ ਕਿਸੇ ਮਾਮਲੇ ਸੰਬੰਧੀ ਅਣਗਹਿਲੀ ਵਰਤੀ ਤਾਂ ਉਹਨਾਂ ਦੇ ਖਿਲਾਫ ਜਥੇਬੰਦੀਆਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਸੀ ਐਚ ਪੀ ਠੇਕਾ ਕਾਮੇ ਸੜਕ 'ਤੇ ਉਤਰਨ ਲਈ ਮਜਬੂਰ ਹੋ ਜਾਣਗੇ ਹਾਂਜੀ ਵੀ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਮਨਮੋਹਨ ਸਿੰਘ ਹੈ ਮੈਂ ਸਮਾਣਾ ਡਿਵੀਜ਼ਨ ਪ੍ਰਧਾਨ ਹਾਂ ਜੀ ਅਤੇ ਕੱਲ੍ਹ ਸਾਡੇ ਮੁੰਡੇ ਦੇ ਬਲਵਿੰਦਰ ਸਿੰਘ ਦੇ ਕਰੰਟ ਲੱਗੇ ਸੀ ਐਚ ਪੀ ਦੇ ਅਤੇ ਉਹਦੇ ਦੋ ਬੇਟੇ ਨੇ ਅਤੇ ਹੁਣ ਇਸ ਟਾਈਮ ਉਹਦਾ ਰਜਿੰਦਰਾ ਹੋਸਪਿਟਲ ਦੇ ਵਿੱਚ ਦਾਖਲ ਹੈ ਰਾਤ ਵੀ 12 ਵਜੇ ਤੱਕ ਅਸੀਂ ਉੱਥੇ ਸੀ ਅਤੇ ਉਸਦੀ ਬਾਂਹ ਪੂਰੀ ਤਰ੍ਹਾਂ ਸੜ ਚੁੱਕੀ ਹੈ ਅਤੇ ਉਹ ਹੁਣ ਹਾਲ ਦੀ ਫਿਲਹਾਲ ਦੀ ਘੜੀ ਕੱਟਣੀ ਪਊ ਠੇਕੇ 'ਤੇ ਭਰਤੀ ਉਹ ਹਾਂਜੀ ਹਾਂ ਠੇਕੇ 'ਤੇ ਭਰਤੀ ਹੈ ਠੇਕੇਦਾਰ ਦਾ ਕੀ ਨਾਮ ਹੈ ਜੀ ਠੇਕੇਦਾਰ ਦਾ ਨਾਮ ਗੋਇਲ ਠੇਕੇਦਾਰ ਹੈ ਜੀ ਅਤੇ ਕੋਈ ਫੰਡ ਵਗੈਰਾ ਜਾਂ ਕੁਛ ਹੋਰ ਕੋਈ ਈ ਪੀ ਐਫ ਨਹੀਂ ਕੱਢਦਾ ਜੀ ਕੋਈ ਟੂਲ ਕਿੱਟ ਮੁਹੱਈਆ ਨਹੀਂ ਹੈਗੀ ਇਹ ਬਸ ਸ਼ੋਸ਼ਣ ਕੀਤਾ ਜਾ ਰਿਹਾ ਸਾਡਾ ਸੀ ਐਚ ਪੀ ਡਿਪਾਰਟਮੈਂਟ ਦਾ ਸ਼ੋਸ਼ਣ ਕੀਤਾ ਜਾ ਰਿਹਾ ਬਿਜਲੀ ਬੋਰਡ ਵੱਲੋਂ ਕੀਤਾ ਜਾ ਰਿਹਾ ਮੈਨੇਜਮੈਂਟ ਵੱਲੋਂ ਕੀਤਾ ਜਾ ਰਿਹਾ ਬਹੁਤ ਬੁਰੀ ਤਰ੍ਹਾਂ ਕੀਤਾ ਜਾ ਰਿਹਾ ਮੈਨੇਜਮੈਂਟ ਦੇ ਬਿਜਲੀ ਬੋਰਡ ਦੇ ਕੁਛ ਅਫਸਰਾਂ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਦੇਖੋ ਜੀ ਰਾਤ ਜਦੋਂ ਅਸੀਂ ਖੜ੍ਹੇ ਸੀ ਉੱਥੇ ਕਿਸੇ ਨੇ ਕੋਈ ਵੀ ਗੋਲ ਮੋਲ ਗੱਲਾਂ ਕੀਤੀਆਂ ਨੇ ਸਾਰਿਆਂ ਨੇ ਕਿਸੇ ਨੇ ਕਿਹਾ ਵੀ ਉਹ ਭਾਈ ਬਿਨਾਂ ਕਿਸੇ ਅਣਗਹਿਲੀ ਦੇ ਵੀ ਜਦੋਂ ਦੂਰ ਕੀਤਾ ਹੋਇਆ ਸੀ ਐਵੇਂ ਕਿਵੇਂ ਕਰੰਟ ਲੱਗ ਗਿਆ ਜੇ ਉਹ ਉੱਪਰ ਸੀ ਤਾਂ ਕਰੰਟ ਲੱਗਿਆ ਲਾਈਨ ਕਿੱਥੋਂ ਚੱਲੀ ਕਿਵੇਂ ਚੱਲੀ ਇਹ ਸਾਰੀ ਇਨਕੁਆਇਰੀ ਹੋਊਗੀ ਅੱਜ ਜੀ ਅਤੇ ਉਹ ਤੋਂ ਬਾਅਦ ਅਸੀਂ ਕੋਈ ਫਾਈਨਲ ਡਿਸੀਜ਼ਨ ਲਵਾਂਗੇ ਅਤੇ ਸਾਡਾ ਰੋਸ ਆ ਜਿਹੜਾ ਪ੍ਰਦਰਸ਼ਨ ਹੈ ਤਿੱਖਾ ਕਰਾਂਗੇ ਘੋਲ ਜੀ ਅਤੇ ਚਾਹੇ ਉਹਦੇ ਵਾਸਤੇ ਸਾਨੂੰ ਕੁਛ ਵੀ ਕਰਨਾ ਪਵੇ ਸਾਡੀ ਬਸ ਇਹੀ ਮੰਗ ਹੈ ਵੀ ਉਹਨੂੰ 50 ਲੱਖ ਰੁਪਿਆ ਅਤੇ ਉਹਦੇ ਕਿਸੇ ਬੱਚੇ ਨੂੰ ਉਹਦੇ ਦੋ ਬੇਟੇ ਨੇ ਉਹਨਾਂ ਦੇ ਕਿਸੇ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਤੋਂ ਇਲਾਵਾ ਹਰਜੀਤ ਸਿੰਘ ਅਤੇ ਹੋਰ ਇਹੋ ਜਿਹੇ ਕਈ ਤੁਹਾਡੇ ਵੀਰ ਜਿਹੜੇ ਜ਼ਖਮੀ ਹੋਏ ਨੇ ਕੀ ਉਹਨਾਂ ਨੂੰ ਹੁਣ ਤੱਕ ਕੋਈ ਇਨਸਾਫ਼ ਮਿਲਿਆ ਇਸ ਟਾਈਮ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੈਗਾ ਜੀ ਅਸੀਂ ਲੜ ਲੜ ਉਰੇ ਰੋਸ ਪ੍ਰਦਰਸ਼ਨ ਕਰ ਕਰਕੇ ਹੰਭ ਚੁੱਕੇ ਹਾਂ ਅਤੇ ਹੁਣ ਵੀ ਅਸੀਂ ਘੋਲ ਤਿੱਖਾ ਕਰਨਾ ਅਸੀਂ ਸਮਾਣੇ ਤੋਂ 4 ਬੰਦੇ ਫਾਰਗ ਹੋਏ ਹੋਏ ਹਾਂ ਅਤੇ ਅਸੀਂ 4 ਬੰਦੇ ਜਿਹੜੇ ਲੱਗਣ ਵਾਸਤੇ ਇਹਨਾਂ ਨੂੰ ਮਨਜ਼ੂਰੀ ਕਿਰਤ ਕਮਿਸ਼ਨ ਦੇ ਅਸੀਂ ਕੇਸ ਲਗਾਇਆ ਅਤੇ ਇਹਨਾਂ ਨੇ ਕਿਹਾ ਵੀ ਭਾਈ 4 ਬੰਦੇ ਰੱਖ ਲਓ ਪਰ ਉਹ ਫਿਰ ਵੀ ਖੱਜਲ ਖੁਆਰ ਕਰ ਰਹੇ ਆ ਕੀ ਲੱਗਦਾ ਸਰਕਾਰ ਦੀ ਠੇਕੇਦਾਰਾਂ ਨਾਲ ਮਿਲੀ ਭੁਗਤ ਹੈ ਜਾਂ ਕੀ
ਬਿਲਕੁਲ ਸਹੀ ਗੱਲ ਹੈ ਜੀ, ਸਰਕਾਰ ਦੀ ਠੇਕੇਦਾਰ ਨਾਲ ਤੇ ਮੈਨੇਜਮੈਂਟ ਦੀ ਸਾਰੀ ਕੁਛ ਰਲੀ ਮਿਲੀ ਭੁਗਤਾ, ਉਰੇ ਵੀ ਆਏ ਆ ਸਾਰੀ ਰਲੀ ਮਿਲੀ ਭੁਗਤਾ। ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਅੱਗੇ ਦਾ ਤੁਹਾਡਾ ਕੀ? ਸਾਡਾ ਅੱਗੇ ਦਾ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਰੋਡ ਜਾਮ ਕਰਾਂਗੇ, ਮਹਿਲਾਂ ਵੱਲ ਨੂੰ ਜਾਵਾਂਗੇ, ਹੈੱਡ ਆਫਿਸ ਤੱਕ ਜਾਵਾਂਗੇ, ਅਸੀਂ ਜਿੱਥੇ ਤੱਕ ਸਾਡੇ ਤੋਂ ਬਣੇਗਾ ਅਸੀਂ ਸਭ ਕੁਛ ਕਰਾਂਗੇ। ਹਾਂਜੀ ਵੀ ਜੀ, ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਹਰਮੀਤ ਸਿੰਘ ਹੈ ਜੀ, ਪਾਵਰਕਮ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪਟਿਆਲਾ ਤੋਂ ਅਸੀਂ ਬਿਲੋਂਗ ਕਰਦੇ ਹਾਂ ਜੀ। ਅੱਜ ਅਸੀਂ ਸਾਰੇ ਵਰਕਰ ਸਾਥੀ ਜੋ ਪਟਿਆਲੇ ਦੇ ਵਿੱਚ ਲਗਾਤਾਰ ਹਾਦਸੇ ਹੋ ਰਹੇ ਨੇ, ਇੱਥੋਂ ਦੀ ਸਰਕਾਰ ਅਤੇ ਮੈਨੇਜਮੈਂਟ ਜੋ ਕਿ ਇਹਨਾਂ ਹਾਦਸਿਆਂ ਬਾਰੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ, ਸਾਡੇ ਕੰਮ ਇਹ ਦਿਨੋਂ ਦਿਨ ਮੌਤ ਦੇ ਮੂੰਹ 'ਚ ਪੈ ਰਹੇ ਨੇ। ਸਾਡੇ ਅੱਜ ਸਾਥੀ ਦੀਆਂ ਬਾਹਾਂ ਵੀ ਕੱਟੀਆਂ ਗਈਆਂ ਅਤੇ ਉਹ ਇਕੱਲਾ ਹੀ ਪਰਿਵਾਰ ਵਿੱਚ ਕਮਾਉਣ ਵਾਲਾ ਸੀ, ਉਹਦੇ ਬੱਚੇ ਪਰਿਵਾਰ ਦਾ ਬਹੁਤ ਗੁਜ਼ਾਰਾ ਔਖਾ ਅੱਗੇ ਕਰਨ ਵਾਲਾ, ਉਹਦੀ ਜਿਹੜੀ ਹਾਲਤ ਹੈ ਬਹੁਤ ਗੰਭੀਰ ਦੱਸੀ ਹੈ ਡਾਕਟਰਾਂ ਨੇ। ਜਿਹੜਾ ਕਰੰਟ ਲੱਗਿਆ 11,000 ਵੋਲਟੇਜ 'ਤੇ ਬਿਨਾਂ ਕੋਈ ਟ੍ਰੇਨਿੰਗ ਤੋਂ, ਬਿਨਾਂ ਕੋਈ ਵਰਕ ਆਰਡਰ ਕੀਤੇ, ਬਿਨਾਂ ਕੋਈ ਸੈਲਰੀ ਤੋਂ, ਅਸੀਂ ਪਹਿਲਾਂ ਲੜ ਵੀ ਰਹੇ ਹਾਂ ਇਸ ਬਾਰੇ ਵੀ ਸਾਨੂੰ ਨਾ ਤਾਂ ਸੈਲਰੀ ਮਿਲਦੀ ਹੈ ਟਾਈਮ ਸਿਰ, ਨਾ ਸਾਨੂੰ ਟੂਲ ਕਿੱਟ ਮੁਹੱਈਆ ਕਰਵਾਈ ਹੈ ਸਰਕਾਰ ਨੇ ਵੀ ਤੁਸੀਂ ਜਿਹੜਾ ਇਹ ਕੰਮ ਹੈ ਵੀ ਮਤਲਬ ਤੁਸੀਂ ਸਹੀ ਤਰੀਕੇ ਕਰ ਸਕੋ। ਹੋ ਕੀ ਰਿਹਾ, ਸਰਕਾਰ ਜਿਹੜੇ ਸਾਡੇ ਆਗੂ ਅੱਗੇ ਆ ਕੇ ਲੜਦੇ ਨੇ ਉਹਨਾਂ ਦੀ ਛਾਂਟੀਆਂ ਕਰਦੀ ਹੈ, ਉਹਨਾਂ ਨੂੰ ਸਾਡੇ 4-5 ਕਾਮੇ ਸਮਾਣੇ ਤੋਂ ਕੱਢ ਵੀ ਦਿੱਤੇ, ਫਿਰ ਅਸੀਂ ਦੁਬਾਰਾ ਸੰਘਰਸ਼ ਕਰਕੇ ਵੱਡੇ ਵੱਡੇ ਰੋਡ ਜਾਮ ਕਰਕੇ ਅਸੀਂ ਉਹ ਕਾਮਿਆਂ ਨੂੰ ਰਖਾਉਣ ਵਿੱਚ ਸਫਲ ਵੀ ਹੋਏ ਹਾਂ, ਪਰ ਜਾਣ ਬੁੱਝ ਕੇ ਸਾਨੂੰ ਤੰਗ ਕੀਤਾ ਜਾ ਰਿਹਾ। ਜਿਹੜੇ ਹਾਦਸੇ ਹੋਏ ਪਰਿਵਾਰ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਸਰਕਾਰ ਨੇ, ਯਾਨੀ ਕਿ ਸਾਡਾ 50 ਲੱਖ ਦਾ ਬੀਮਾ ਕਰਿਆ ਸਰਕਾਰ ਵੱਲੋਂ ਅਤੇ ਪਰਿਵਾਰ ਨੂੰ ਪੱਕੀ ਨੌਕਰੀ। ਇਹ ਕੈਪਟਨ ਸਾਹਿਬ ਦਾ ਬਿਆਨ ਸੀ ਕਰੋਨਾ ਦੀ ਮਹਾਂਮਾਰੀ 'ਚ ਜਿੰਨੇ ਵੀ ਹਾਦਸੇ ਹੋਏ ਨੇ ਵੀ ਅਸੀਂ ਉਹਨਾਂ ਨੂੰ ਦੇਵਾਂਗੇ, ਪਰ ਅੱਜ ਤੱਕ ਨਾ ਤਾਂ ਕਿਸੇ ਨੂੰ ਮਿਲਿਆ। ਸਾਡੇ ਬਿਜਲੀ ਬੋਰਡ ਮਹਿਕਮੇ 'ਚ ਅਸੀਂ ਕੰਟਰੈਕਟ 'ਤੇ ਕੰਮ ਕਰਦੇ ਹਾਂ, ਸਾਡੀ ਜਿਹੜੀ ਹਾਲਤ ਹੈ ਉਹ ਬਹੁਤ ਜ਼ਿਆਦਾ ਹੀ ਮਤਲਬ ਮਾੜੀ ਹੈ। ਕੋਈ ਟੂਲ ਨਹੀਂ, ਕੋਈ ਸੇਫਟੀ ਨਹੀਂ, ਕੋਈ ਸੈਨੇਟਾਈਜ਼ਰ ਨਹੀਂ, ਕੋਈ ਮਾਸਕ ਨਹੀਂ, ਇਹ ਰੁਮਾਲ ਵੀ ਅਸੀਂ ਆਪ ਆਪਣੇ ਖਰੀਦ ਕੇ ਮੂੰਹ 'ਤੇ ਬੰਨ੍ਹ ਕੇ ਕੰਮ ਕਰ ਰਹੇ ਹਾਂ ਕਰੋਨਾ ਦੀ ਮਹਾਂਮਾਰੀ 'ਚ। ਮਤਲਬ ਸਰਕਾਰ ਨੂੰ ਸਾਡੇ ਬਾਰੇ ਦੇਖਣਾ ਚਾਹੀਦਾ। ਪਹਿਲਾਂ ਪਿੱਛੇ ਜੀ ਹਰਜੀਤ ਸਿੰਘ ਦਾ ਹਾਦਸਾ ਹੋਇਆ ਸੀ, ਉਦੋਂ ਵੀ ਅਸੀਂ ਵੱਡੇ ਵੱਡੇ ਇਕੱਠ ਕਰਕੇ ਮਤਲਬ ਰੋਡ ਜਾਮ ਕੀਤੇ, ਪਰ ਅੱਜ ਸਾਡੀ ਮੀਟਿੰਗ ਸੀ ਮੈਨੇਜਮੈਂਟ ਵੱਲੋਂ, ਪਰ ਮੈਨੇਜਮੈਂਟ ਸਾਨੂੰ ਕਈ ਵਾਰੀ ਮੀਟਿੰਗਾਂ ਤੋਂ ਭੱਜੀ ਹੈ ਕਰੋਨਾ ਦੀ ਮਹਾਂਮਾਰੀ ਦਾ ਜਿਹੜਾ ਇਹਨਾਂ ਨੇ ਆਸਰਾ ਲਿਆ, ਜਾਣ ਬੁੱਝ ਕੇ ਨਾ ਤਾਂ ਮੀਟਿੰਗਾਂ ਕਰਦੇ ਨੇ, ਮੀਟਿੰਗਾਂ ਜੇ ਕਰਦੇ ਵੀ ਨੇ ਉਹਦੇ ਵਿੱਚ ਸਾਡੇ ਕੋਈ ਮਸਲੇ ਦਾ ਹੱਲ ਨਹੀਂ ਕਰਦੇ। ਸਾਡੇ ਸੂਬਾ ਪ੍ਰਧਾਨ ਵੀ ਅਤੇ ਸਾਡੇ ਸਮਾਣੇ ਦੇ ਸਰਕਲ ਪ੍ਰਧਾਨ ਨੇ ਮੋਣੀ ਅਤੇ ਬਲਿਹਾਰ ਸਿੰਘ, ਉਹਨਾਂ ਦੀ ਤਨਖਾਹ ਪਿਛਲੇ 10 ਮਹੀਨੇ ਤੋਂ ਮੈਨੇਜਮੈਂਟ ਨੇ ਰੋਕੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਸਾਨੂੰ ਦਿਖਣ 'ਚ ਸਾਹਮਣੇ ਆਈ। ਪਟਿਆਲਾ ਤੋਂ ਚਰਨਜੀਤ ਸਿੰਘ ਦੀ ਰਿਪੋਰਟ, ਏਵਨ ਪੰਜਾਬੀ। ਬਿਲਕੁਲ ਸੱਚ, ਜੋਤਿਸ਼ ਇੱਕ ਵਿੱਦਿਆ, ਇੱਕ ਸਾਇੰਸ। ਐਸਟ੍ਰੋਲੋਜਰ ਰੋਹਿਤ ਜੋਸ਼ੀ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ 'ਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਮਨਚਾਹਾ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਗਾਉਣਾ ਚਾਹੁੰਦੇ ਹੋ ਲਾਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ, ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀਆਂ ਸਮੱਸਿਆਵਾਂ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਰੋਹਿਤ ਜੋਸ਼ੀ, ਜੋ ਕਰਦੇ ਨੇ ਫ੍ਰੀ ਸੇਵਾ ਫ੍ਰੀ ਸਮਾਧਾਨ। 99968 26004।